जी जग्गा वीर अंदर गया पे ऑपरेशन थिएटर से ते कुछ क टाइम दे विच आने वाला ते तुहानू दस्सदे आ किवें कंडीशन है। लो भाई जग्गा भाई आ गया डेड डेड। लो जी सारे जाने अज मोटर पर इकट्ठे हुए है। पहला तो देखो कौन कौन है। हाँ जी श्रीकाल जी। जशन भाई मनाली भाई जी। एक होर अमना महक जस जस का भाई रिश्तेदार। सत श्रीकाल जी। ते विच भाई एक मैं एक चले गया हले किन्ने अमने है चार। हाँ एक चले गया पांच है गया। पूरी टाइट है भाई पूरा सेट है। हाँ हाँ सेट है। मैंने क्या था भी राज्य मुड़े जन्म दिन था कलो। हाँ आज जी जन्म है बेचारा कल था आज मनाया। अच्छा हाँ जी गुरनाथ जी आज एक दिन हो गया। एक दिन हो गया आज एक दिन हो गया। लो भाई सारे ने मोटर पर इकट्ठे होके मना लिया। हाँ भाई ठीक रहा ठीक रहा बहुत बढ़िया भाई। प्रधान हूं तू बाईपास नु कड्डूगा वाली साइड नु और एक कंधे ते पा दूंगा। तो देखो भाई केड़ी साइड नु कट लिया। आ साइड रास्ता बंद है नहीं मैं हमने नु करना। प्रधान जी तारा लाई है पे मुरे दिखता है हां पूरी सेट रहे। हां हां बढ़िया चलिए भाई आली हजार जे भलाई हरदा। हां माने नहीं पंचायत करा के चली गए लगते है पूरी क्या कहने ना उन्ती सारे भी बोल्ट खड़े है। अभी असली बोल्ट इन्ने दे आए बाकी तो बोल्ट बोल्ट लगे मेरे। हले भाई दो चले गए मोटरसाइकिल। चल भाई पूरी निपट गए काम सारे। हां हां निपट गए भाई। मन ने चलाया आज इंजन 2 घंटे 3 घंटे उसे लेट कराया कुछ नहीं कराया। ये भी काला होया पर सत्ता भी काला होया पर क्या हो गया ना और रेडिएटर फट गया था यार। ਰੇਡੀਏਟਰ ਤਾਂ ਕਰਦਾ ਤਾਂ ਉਹ ਜਿਹਾ ਪਿੰਡ ਤੇ ਤੂੰ ਆਏ ਨਿਕਲੇ ਮੈਂ ਕਿਹਾ ਲੈ ਵੀ ਹੋ ਗਿਆ ਕੰਮ ਜੇ ਆਪਾਂ ਬਾਈ ਪਾਸੇ ਸਾਜ ਲੱਗੀ ਹੋਇਆ ਕਿ ਜਿਹੜੇ ਸਾਹ ਦਾ ਤੂੰ ਆ ਗਿਆ ਹੁਣ ਆਪਾਂ ਨੂੰ ਕੋਈ ਟੈਨਸ਼ਨ ਜਿੱਥੇ ਮਰਜ਼ੀ ਫੇਰੋ ਤੇਲ ਪਾ ਕੇ ਬਾਈ ਪਾਸ ਸਰਜਰੀ ਕਰਿਆ ਇੱਕ ਵਾਰੀ ਇਹਦੀ ਹੁਣ ਆਏ ਤੇ ਬਾਈ ਇੱਕ ਗੱਲ ਹੈ ਜਿੱਥੇ ਲਾਈਟ ਆਉਂਦੀ ਲਾਈਟ ਵਰਗੀ ਮੌਜ ਨਹੀਂ ਹੈਗੀ। ਜਨਰੇਟਰ ਦਾ ਕਹਿਣਾ ਵੀ ਔਖਾ ਹੈ ਜਨਰੇਟਰ ਦਾ ਦੱਬ ਗਿਆ ਕਿਉਂਕਿ ਬਾਈ ਤੇਲ ਦੇ ਬਿਨਾਂ ਚੱਲਣਾ ਨਹੀਂ ਹੈਗਾ ਉਹਨੇ ਉਹ ਤਾਂ ਹੈ ਜੀ। ਹੋਰ ਵੀ ਵਿੱਚ ਫਲਟ ਆ ਜਾਂਦੇ ਆ ਦੇਖੇ ਹੀ ਆ ਮਨੇ ਆਪਾਂ ਨੇ ਅੱਜ ਉਹ ਚੱਲੀ ਜਾਂਦਾ ਚੱਲੀ ਜਾਂਦਾ ਕਰੇ ਕੁਸ ਖੁੱਲ ਗਿਆ ਕਰੇ ਕੁਸ ਲਾਈਟ ਦੀ ਮੌਜ ਤਾਂ ਹੈਗੀ ਆ ਮੌਜ ਤਾਂ ਹੈਗੀ ਜਿੱਥੇ ਮਰਜ਼ੀ ਸੋਚ ਚਾਹੇ ਦੂਏ ਦਾ ਆ ਲਾਈਟ ਆਈ ਵੀ ਜਿੱਦਾਂ ਮਰਜ਼ੀ ਬਾਕੀ ਜੇ ਬੜੀ ਮੋਟਰ ਰੱਬ ਚਲਾ ਦੇਵੇ ਫੇਰ ਤਾਂ ਕਿਆ ਕਹਣੇ ਆ ਸਰੇ ਫੇਰ ਬਸ ਸਰੇ ਹੀ ਆ ਫੇਰ ਤਾਂ ਕਿੱਥੇ ਮਿੰਡ ਬਣ ਬਾਕੀ ਭਾਈ ਸਾਡਾ ਇੱਕ ਬੰਦਾ ਬੰਟੀ ਭਾਈ ਕਿੱਧਰ ਹੈ ਪੂਰੀ ਉਹਦਾ ਤੂੜੀ ਤੋਂ ਤੂੜੀ ਚੱਲ ਰਿਹਾ ਇਹਨੇ ਉਹ ਦੂਰ ਤੇ ਲਿਆਉਂਦਾ ਇਹ ਦੂਰ ਤੇ ਕਾਫੀ ਦੂਰ ਤੇ ਪੂਰੀ ਮਹਿੰਗੀ ਨਹੀਂ ਮਹਿੰਗੀ ਦੂਰ ਤੇ ਤੂੜੀ ਲਿਆਉਣੀ ਜਰੂਰ ਕਰੀਏ ਕਿ ਡੰਗਰਾਂ ਦਾ ਵੀ ਸਾਰਨਾ ਤੂੜੀ ਐਤ ਕੀ ਹਮਰੇ ਦੀ ਵੀ ਕੱਟਣੀ ਹੈ ਕੋ ਪਿੱਕੇ ਬਣੇ ਆਏ ਆਪਾਂ ਕੱਟਣੀ ਤਾਂ ਦੇਣੀ ਨਹੀਂ ਮੱਗੀ ਵੀ ਜਣੀ ਐਕਟੀ ਸਾਡੀ ਵੀ ਯਾਰ ਮੋਟਰ ਪੱਤੇ 6 ਟਰਾਲੀ ਬਣਦੇ 3 ਬਣੀਆਂ ਬਸ ਕਿੰਨਾ ਫਰਕ ਪੈ ਜਾਂਦਾ ਵੀਰੇ ਲਾਣ ਤਾਂ ਹੈ ਨਹੀਂ ਦੱਸੋ ਜਮਾ ਲਾਣ ਨਹੀਂ ਦੱਸੋ ਕਿੰਨਾ ਭਾਈ ਐਤ ਕੀ ਕਹਿਣ ਦਾ ਭਾਵ ਜਿੱਥੇ ਚੰਗੀ ਟਰਾਲੀਆਂ ਬਣਦੀਆਂ ਤੇ ਕਿਸੇ ਦੇ 3-3 4-4 5-5 ਟਰਾਲੀਆਂ ਕੱਟੇ ਬਣੀਆਂ ਪੂਰੀ ਸੀ ਸਾਨੂੰ ਆਏ ਤਾਂ ਉੱਥੇ ਬਣ ਜਾਣੀ ਵਧੀਆ ਵੀ ਕਰਕੇ ਵੀ ਹੋ ਗਿਆ ਯਾਰ ਸਭ ਗਿਆ ਸਿਸਟਮ ਦਾ ਹੋ ਗਿਆ ਹਰੇ ਜਰ ਤੇ ਪੜਾਈ ਸ਼ੁਰੂ ਹੋਈ ਭਾਈ ਜਰ ਤੇ ਹੀ ਪਈ ਗਿਆ ਆ ਦੇਖ ਲੈ ਕਿਆ ਲਾਣ ਪਿਆ ਪੂਰੀ ਆ ਇਹ ਨਹੀਂ ਵੜਨਾ ਹੈਗਾ ਇੱਕ ਟਰਾਲੀ ਵੀ ਨਹੀਂ ਬਣਨੀ ਉਹਦੇ ਪੂਰੀ ਹੁਣ ਡੰਗਰ ਕੱਟ ਗਏ ਦਾ ਹਮ ਨਾ ਰਹਿਣਾ ਪਰ ਤਾਂ ਉਸ ਦਾ ਕੱਟੀ ਹਾਂ ਡੰਗਰ ਦੀ ਮੱਕੀਆਂ ਬੀਜ ਹੋ ਜਾਣੀਆਂ ਆਪਣੇ ਮੱਕੀਆਂ ਬੀਜ ਲੈਣੀਆਂ ਅਗਲੇ ਨੇ ਤੇ ਹੁਣ ਕੰਮ ਤਾਂ ਕਰਨਾ ਪੈਣਾ ਇਹ ਤਾਂ ਹੈ ਨਹੀਂ ਵੀ ਕੋਈ ਹੋਰ ਸਾਧਨ ਗੰਨਾ ਵੀ ਬਹੁਤ ਬੀਜ ਹੋਇਆ ਗੰਨਾ ਮੱਕੀ ਆਲੂ ਹੋ ਜਾਣੀਆਂ ਹੁਣ ਜਿੱਦਾਂ ਬਾਈ ਜਿਹੜੇ ਬੂਟੇ ਲੱਗੇ ਆ ਬੂਟੇ ਦੇ ਸਾਨੂੰ ਪਤਾ ਚੜੀ ਵਾਲ ਤੱਕ ਬੀਜ ਹੋਣਾ ਹੈ ਆਹ ਦੇ ਲੈ ਕੇ ਆ ਦੁਹਾੜਾ ਬੀਜ ਆ ਗਿਆ ਝੂਣ ਵਾਜਰੇ ਦਾ ਮੈਂ ਤੋਂ ਲੈ ਗਿਆ ਵਿੱਚ ਮੈਂ ਤਾਂ ਬਾਈ ਦੇਖਦਾ ਮੈਂ ਬੰਦੇ ਲਾ ਦੂੰਗਾ ਪੂਰੀ ਜੇ ਬੰਦੇ ਲੱਗਦੇ ਹੁੰਦੇ ਮੇਰਾ ਬੋਲ ਉਹ ਦੂਏ ਬੰਦ ਲਾਉਂਗਾ ਮੈਂ ਬੰਦੇ ਨਹੀਂ ਲਾਉਂਗਾ ਮੈਂ ਪੈਂਦੇ ਭਾਈ ਡੰਗਰ ਮਹਿੰਗੇ ਹੀ ਆ ਬਸ ਕਾਤ ਪਾਣੀ ਵੇਖਣ ਦੀ ਚੱਲ ਕਰਦਾ ਦੋ ਤਾਂ ਪਰ ਬੂਟੇ ਮੈਂ ਕੁਛ ਤਾਂ ਕਰਨਾ ਨਹੀਂ ਫਿਰ ਕੱਖ ਹੋਣਾ ਫੇ ਕਿਆ ਫਾਇਦਾ ਬੂਟਿਆਂ ਜਿਹੜੇ ਜੀਰੀ ਹੁੰਦੀ ਆ ਜੀਰੀ ਤਾਂ ਹੋਣੀ ਨਹੀਂ ਫਿਰ ਬੂਟੇ ਟੁੱਟ ਜਾਂਦੇ ਨੇ ਸਾਰੇ ਬਾਕੀ ਭਾਈ ਬੂਟਿਆਂ ਦਾ ਰੇਟ ਇਸ ਵਾਰ ਚੰਗਾ ਏ ਜਿਹਦਾ ਵਿਕ ਰਿਹਾ 3 ਸਾਲ ਦਾ ਪੱਕਾ ਵਧੀਆ ਰੇਟ ਰਹਿਣਾ ਉਹਦੇ ਬਾਅਦ ਮੈਂ ਘਟਣਾ ਚੰਗਾ ਰੇਟ ਆ ਜਿਹੜਾ ਵਿਕ ਰਿਹਾ ਜਿਹੜੇ ਵੀ ਪਟਾ ਰਹੇ ਆ ਇਸ ਵਾਰ ਬਹੁਤ ਲੱਗਿਆ ਉਸ ਉਹ ਫੇਰ ਬਾਕੀ ਭਾਈ ਹੁਣ ਇੱਥੇ ਅਮਨੀ ਨਾਲ ਦੇ ਖੇਤ ਕੋ ਪਟਾਏ ਉਹਨਾਂ ਨੇ ਚੰਗਾ ਰੇਟ ਹੋਣਾ ਉਹਨਾਂ ਨੇ ਵੀ 7-8-25 ਜਾਂ ਦੇ 35 ਦੇ ਪਟਾਏ ਹਾਂ ਚੰਗਾ ਰੇਟ ਜਾ ਰਿਹਾ ਭਾਈ ਜਿੰਨੇ ਲਾਏ ਬੇ ਪਟਾਏ ਔੜੀਆਂ ਨੇ ਵੈਸੇ ਉਹ ਟਾਈਮ ਦਾ ਕਿਸੇ ਟਾਈਮ 'ਚ ਵਧੀਆ ਲੱਗੇ ਜਿਹੜੇ ਹੁਣ ਲੱਗਦੇ ਨੇ ਇਕੱਠੀ ਲਵਾਈ ਹੋ ਗਈ ਉੱਥੇ ਪੂਰੀ ਕਹਿੰਦਾ ਵੀ ਕੰਮ ਗੜਬੜ ਹੋ ਗਿਆ ਜੀ ਉੱਥੇ ਤਾਂ ਘਟਣਾ ਹੀ ਘਟਣਾ ਹੈ ਪੂਰੀ ਨਾਲ ਭਾਈ ਮਨ ਤਾਂ ਟੁੱਟ ਗਿਆ ਤੇ ਨਹੀਂ ਇੱਕ ਵਾਰ ਲਾਏ ਤੇ ਕਿੰਨੇ ਰੁਪਏ ਕਹਿੰਦਾ ਕਿਲੋ 1 ਲੱਖ ਰੁਪਏ ਲੱਗ ਗਿਆ 1.5 ਲੱਖ ਦਾ ਕਿਲੋ ਵਿਕਦੇ ਹੁਣ ਦੇਖ ਹੁਣ ਕਬੂਲਰ ਕਬੂਲਰ ਖੜਾ ਹੁਣ 5 ਲੱਖ ਨੂੰ ਵੀ ਕੀ ਲੱਗ ਗਿਆ ਇਹ ਚੰਗਾ ਹੈ 7-8 ਲੱਖ ਨੂੰ ਕੀ ਲੱਗ ਗਿਆ ਲਾਏ ਮਨੇ ਨੇ ਵੀ ਬੇ ਥੋੜੇ ਜਿਹਾ ਬੂਟੇ ਹੋ ਜੂਗੇ ਕੋਈ ਨਹੀਂ ਅਜੇ ਤਾਂ ਦੇਖਦੇ ਆ ਵੀ ਕਿੱਥੇ ਤੱਕ ਜਾਂਦੇ 3 ਸਾਲ ਦਾ ਰੇਟ ਪੂਰਾ ਰਹਿਣਾ ਉਹਦੇ ਬਾਅਦ
लो जी जग्गे का ऑपरेशन बाबे की कृपा नाल भाई सही हो गया था। तो दिन बच्चों घर से आ गए थे तो आप घर आ गए थे तो ऑपरेशन तो दो या तीन दिन मतलब डॉक्टर कहना होस्पिटल के बच्चे रहना तो बार में छुट्टी हो जाऊंगी तो सौवा देखते हैं कहते भी एक बार पट्टी खोल के देखनी है तो बार में छुट्टी लैनी तो दिन च मैं तो प्रधान भाई घर आए हैं तो शाम को हूँ जाऊँगा तो बाकी सारा खोखे है जी। लो जी प्रधान जी ने बहुत वधिया काम छेड़िया पिया अज आह कढ़ता जी पंजाबी घा ते लाता अंग्रेजी वेले रही अज हाँ अज वेले ड्यूटी सांभ ली अज मौसम ठीक था जगे तो बाद लग गया मैं आके मौसम बहुत वधिया था असल च पता क्या होया अमने दी मम्मी लगी दी बाहर मैं ओही कहण लग्या था जी अमने दी बीबी लगी वी सगेड़ दी ओनु देख के हो गया प्रधान जी ओनु देख के मैं लग गया हां मैं कहा चाची लगी वी आ चल मैं भी लग जावां मैं ज्यों लगया फिर मैं अंग्रेजी का भी वढ लेंदा खड़ा ज्योति ने मोटर ते किन्ने का टाइम च हो जाऊगा जी अमने पहली बारी लाया पर जड़े फड़नी आ खपड़ भाई ए टूए थोड़े थोड़े दूर लाउणा पैंदा ए टूए मंगना की कहण दा भाव ए महीने दो महीने पर फिर सारे च फैल जाना थोड़ी जी मेहनत है रे पर प्रधान दूई वीक बंद हो गई टोर नहीं है अपने टोर है बाकी भाई जिदन हो गया ना जचना बहुत है ਦਿਹਾੜੀ ਲੱਗ ਗਈ ਪੂਰੀ ਪੂਰੀ ਦਿਹਾੜੀ ਲੱਗ ਗਈ ਓਵਰ ਟਾਈਮ ਚੱਲਦਾ ਹੁਣ 6 ਤੇ ਉੱਪਰ ਹੋ ਗਿਆ ਟਾਈਮ ਸਵੇਰਾ ਟਾਈਮ ਜੁੜ ਕੇ ਦਿਹਾੜੀ ਪੂਰੀ ਹੋ ਗਈ ਹਾਂ ਬਸ ਅੱਧਾ ਘੰਟਾ ਹੋਰ ਲੱਗਣਾ ਦੇਖੋ ਭਾਈ 10 ਦਿਨ ਬਾਅਦ ਦਿਖਾਵਾਂਗੇ ਆਪਣੀ 10 ਦਿਨ ਬਾਅਦ ਸਾਨੂੰ ਦਿਖਾਉਂਗੇ ਵੀ ਕਿਆ ਰਿਜ਼ਲਟ ਆ ਹੁਣ ਇਹਦਾ ਠੀਕ ਨਹੀਂ ਹਾਂਜੀ ਹਾਂ ਲੋ ਜੀ ਮੋਰ ਨੇ ਪੈਲ ਪਾਤੀ ਇਹ ਵੀ ਬਹੁਤ ਟਾਈਮ ਬਾਅਦ ਦੇਖੀ ਆ ਗੋਲ ਗੋਲ ਘੁੰਮ ਰਿਹਾ ਦੇਖੋ ਤੇ ਨਾਲ ਬੱਚੇ ਵੀ ਆ ਉਹ ਦੇਖੋ भाई ओए मेरे लिए सानू घूम हाँ 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 घूम गया दिल लै मैं कि भी चीज़ है पुट्ठा हो गया ना हुण लग गया बंद हाँ नहीं घूमूंगा एक बार होर कोल घूम जा भाई ओए काफ़ी टाइम पाउंदा दो बार घूम गया आ गया भाई आ गया सामने देखो ओ लै हुण हो गया कम नहीं हाले भी केड़ा दऊंगा चल हूटर मारता लो जी मिलो साढ़े परवी नू हां जी सत श्री अकाल उच्ची ते किगे सत श्री अकाल क्या हाल है वधिया बहुत चिर बाद मिलिया भाई अज ये अज भी मैं देख के कित्थे लुक गया था लुक गया था बैठ के चलो गया था कद लुक गया था आना नहीं था खराब भी है तू किन्ना का कितने जा के भाई नानके घूम के आया मुंडा हवा लग गई अख नहीं मिलाउंदा हैगा स्कूल जाना नहीं पढ़ना नहीं है पढ़ना का ना भाई पढ़ना नहीं है मुंडे ने ऐश करनी ऐश सैकली चलानी है सैकली है तो है नहीं नवी लियानी नवी साइकिल लियानी भाई मुंडे नु बापू नु साइकिल लियाता हुण इहदी वारी है किड्डी लेनी है छोटी छोटी लेनी है चला ले करूगा नहीं यार तन चलाउणी तां हुंदी नहीं हैगी हां हुंदी है साइकिल लिया के देनी भाई मुंडे नु असि छोटी जी इक है की दाड़ी है चाची दाड़ी है चाची दाड़ी है बाय कर दे भाई थापी मार दे फिर तां लियानी साइकिल इक फिर और मार दे कौन मारे करता है थापी मूसे वाला कौन क्या नाम मूसे वाला सिद्धू सिद्धू दीदी कितने दीदी पता नहीं कितने कबूआ वाले गई बुआ को गई ठीक है जी भाई ये है साडा स्थान काका क्या नाम है तेरा दस परवीर कपम्मू है पम्मू मेरा नाम क्या मेरा नाम क्या तो क्या मेरा नाम से क्या चाचा क्या
ਸੰਗਤ ਆਏ ਚਲੋ ਠੀਕ ਹੈ ਬਾਏ ਕਰਦੇ ਫਿਰ ਕਿ ਫਿਰ ਮਿਲਦੇ ਬਾਏ ਬਾਏ ਕਰਦੇ ਤੇਰੀ ਉਹ ਗੁੱਸਾ ਖਾ ਗਿਆ।